ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Find 125 raised to power minus 1 upon 3। जैसे 125 नू फैक्टराइज करिए तो सानू इनू फैक्टराइज करन ते इत्थे 5 आ, 25 आ, तो फिर इत्थे 5 आएगा ते इत्थे 5, फिर तो दी 5 ते 0। इहदा मतलब होया कि 125 दे फैक्टर्स ने 5 × 5 × 5, जो कि हो जाएगा 5 दी पावर 3। ਤਾਂ ਜਦੋਂ ਅਸੀਂ ਇਹਨੂੰ ਕੁਐਸਚਨ 'ਚ ਪੁੱਟ ਕਰਾਂਗੇ ਤਾਂ 125 ਦੀ ਪਾਵਰ ਮਾਈਨਸ 1/3 ਨੂੰ ਅਸੀਂ ਲਿਖ ਸਕਦੇ ਹਾਂ ਇਹਨੂੰ ਸਬਸਟੀਟਿਊਟ ਕਰਨ 'ਤੇ 5 ਦੀ ਪਾਵਰ 3 ਰੇਸ ਟੂ ਪਾਵਰ ਮਾਈਨਸ 1/3, ਜਿਸ ਨੂੰ ਅਸੀਂ ਲਿਖ ਸਕਦੇ ਹਾਂ ਕਿ 3 ਅਤੇ 3 ਕੱਟ ਹੋ ਜਾਏਗਾ, 3 × −1/3, ਇਹ 3 ਕੱਟ ਹੋ ਗਏ ਤਾਂ ਇੱਥੇ ਆਏਗਾ 5 ਦੀ ਪਾਵਰ ਮਾਈਨਸ 1, ਜੋ ਕਿ ਹੋਏਗਾ 1/5। ਇਹ ਸਾਡਾ ਆਨਸਰ।